ਜਿਹੜੇ ਲੋਕ ਕਹਿੰਦੇ ਨੇ ਕਿ ਸਾਨੂੰ ਸਵੇਰੇ ਸਵੇਰੇ ਉੱਠਦੇ ਸਾਰ ਹੀ ਤਾਕਤ ਵਾਲਾ ਕੈਪਸੂਲ ਜਾਂ ਤਾਕਤ ਵਾਲੀਆਂ ਗੋਲੀਆਂ ਜਾਂ ਫਿਰ ਤਾਕਤ ਵਾਲਾ ਕੋਈ ਹੋਰ ਨੁਸਕਾ ਫਾਰਮੂਲਾ ਲੈਣਾ ਪੈਂਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਸਾਡਾ ਸਰੀਰ ਹੈਗਾ ਅਸੀਂ ਕਹਿ ਲਈਏ ਕਿ ਤੜਫੜਦਾ ਹੈ ਯਾਨੀ ਕਿ ਉਹਦੇ ਵਿੱਚ ਤਾਕਤ ਆਉਂਦੀ ਹੈ ਦਸ ਫਿਰ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਇਹ ਤੁਹਾਡੇ ਵਾਲਾ ਜਿਹੜਾ ਤੁਸੀਂ ਨੁਸਕਾ ਫਾਰਮੂਲਾ ਦੱਸਿਆ ਤੁਸੀਂ ਦੁੱਧ ਖਾਸ ਕਰਕੇ ਘਰ ਦੇ ਵਿੱਚ ਬਣਾਉਣ ਵਾਲਾ ਦੱਸਿਆ ਨੁਸਕਾ ਤੇ ਫਿਰ ਇਹਦੇ ਫਾਇਦੇ ਕੀ ਹੋਣ ਵਾਲੇ ਨੇ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੇ ਜਵਾਨ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਕੀ ਫਾਇਦਾ ਹੋਊਗਾ ਜਾਂ ਕੀ ਉਹਨਾਂ ਦੇ ਬਾਡੀ ਦੇ ਵਿੱਚ ਚੇਂਜਸ ਆਉਣਗੇ ਫਾਇਦਾ ਤਾਂ ਸਭ ਤੋਂ ਵੱਡੀ ਤਾਂ ਇਹ ਆ ਵੀ ਉਹਨਾਂ ਚ એનર્ਜੀ ਕਿੰਨੀ ਆਉਣੀ ਹੈ ਉਹਨਾਂ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਕਿੰਨੀ ਕਿ ਜਿਹੜੇ ਸਾਰੇ ਬੱਚੇ ਸਾਰਾ ਦਿਨ ਅੱਜਕੱਲ 4-4 5-5 ਸਾਲ ਦੇ ਬੱਚੇ ਸਾਰਾ ਸਾਰਾ ਦਿਨ ਡਿੱਗੂ ਡਿੱਗੂ ਕਰੀ ਜਾਂਦੇ ਨੇ એનર્ਜੀ ਉਹ ਨਹੀਂ ਹੈ ਸਭ ਤੋਂ ਵੱਡੀ ਤਾਂ એનર્ਜੀ ਦੂਜਾ ਨੰਬਰ ਮਸਲ ਵੇਟ ਉਹਨਾਂ ਦਾ ਕਿੰਨਾ ਵਧੀਆ ਹੋਣਾ ਤੀਜਾ ਨੰਬਰ ਹੱਡੀਆਂ ਨੂੰ ਕਮਜ਼ੋਰੀ ਕਿੰਨੀ ਵਧੀਆ ਹੋਣਾ ਚੌਥਾ ਨੰਬਰ ਉਹਨਾਂ ਦੀ ਪੇਟ ਦੀ ਜਿਹੜੀ ਹੈਗੀ ਆ ਸਭ ਤੋਂ ਵੱਧ ਸਫਾਈ ਦਾ ਮਤਲਬ ਫਾਈਬਰ ਜ਼ਿਆਦਾ ਮਿਲਣਾ ਹੈ ਫਾਈਬਰ ਜ਼ਿਆਦਾ ਮਿਲੇਗਾ ਪੇਟ ਦੀ ਸਫਾਈ ਵੀ ਹੋ ਤਵਰ ਰਹੂਗੀ ਤਾਂ ਇਹ ਤੁਸੀਂ ਕਹਿ ਲਓ ਵੀ ਸਭ ਤੋਂ ਵੱਡੀਆਂ ਬਿਮਾਰੀਆਂ ਤੋਂ ਬਚਾਉਣ ਵਾਲਾ ਸਭ ਤੋਂ ਸੌਖਾ ਤੇ ਘਰੇਲੂ ਸਸਤਾ ਤੇ ਸ਼ੁੱਧ ਚੀਜ਼ ਹੈ। ਇਹ ਆਮ ਦੁੱਧ ਦੇ ਮੁਕਾਬਲੇ ਇਹ ਦੁੱਧ ਕਿੰਨਾ ਕੁ ਜ਼ਿਆਦਾ ਫਾਇਦੇਮੰਦ ਹੈ। ਦੇਖੋ ਜੀ ਜਿਹੜਾ ਤੁਸੀਂ ਅੱਜ ਕੱਲ ਚਾਹੇ ਤੁਸੀਂ ਘਰ ਦੀ ਮੱਝ ਦਾ ਦੁੱਧ ਪੀ ਲੋ ਤੁਸੀਂ ਬੰਨ ਕੇ ਉਹਨੂੰ ਕੀਲੇ ਤੇ ਰੱਖਦੇ ਹੋ। ਤੁਸੀਂ ਦੇਖੋ ਜਦੋਂ ਇੱਕ ਮੱਝ ਕੀਲੇ ਤੇ ਬੰਨੀ ਹੋਈ ਹੈ ਦੀ ਫਿਰਦੀ ਨਹੀਂ ਮੱਝ ਉਹਦਾ ਦੁੱਧ ਵੈਸੇ ਹੀ ਚਾਹੇ ਤੁਸੀਂ ਜਿੰਨੀ ਮਰਜ਼ੀ ਸ਼ੁੱਧ ਉਹਨੂੰ ਚੰਗੀ ਖਰਾਕ ਪਾ ਲਓ ਉਹਦਾ ਦੁੱਧ ਵੈਸੇ ਹੀ ਪੀਣ ਲਈ ਮੈਂ ਵਧੀਆ ਨਹੀਂ ਮੰਨਦਾ ਕਦੇ ਵੀ ਤਾਕਤ ਵਾਲਾ ਕੈਪਸੂਲ ਤੁਸੀਂ ਲੈਣੇ ਹੋ ਉਹਨੂੰ ਕਦੇ ਵੀ ਤੋੜ ਕੇ ਖੋਲ ਕੇ ਉਹਦਾ ਜੀਬ ਤੇ ਲਾ ਕੇ ਟੇਸਟ ਦੇਖਿਓ ਵੀ ਤੁਹਾਨੂੰ ਟੇਸਟ ਉਹਦਾ ਕਿੱਦਾਂ ਆਉਂਦਾ ਤੁਹਾਨੂੰ ਟੇਸਟ ਕੈਫੀਨ ਜਾਂ ਕਾਫੀ ਦੀ ਤਰ੍ਹਾਂ ਟੇਸਟ ਆਊਗਾ ਉਹਦਾ ਉਹ ਸਾਰੀ ਉਹਦੇ ਵਿੱਚ ਕੈਫੀਨ ਭਰੀ ਹੋਈ ਆ ਕੈਫੀਨ ਤੁਹਾਡੀ ਬੋਡੀ ਨੂੰ ਇੱਕਦਮ એનર્ਜੀ ਦੇ ਦਿੰਦੀ ਆ ਜਿੱਦਣ ਤੁਸੀਂ ਉਹਨੂੰ ਨਹੀਂ ਲੈਂਦੇ ਓਫੀਮ ਵਾਲਾ ਕੰਮ ਆ ਜਿੱਦਣ ਤੁਸੀਂ ਨਹੀਂ ਲੈਂਦੇ ਤੁਹਾਡਾ ਸਰੀਰ ਉਹਦਾ ਡਿੱਗਦਾ ਜਾਂਦਾ ਜੀ ਅੱਜ ਦੇ ਸਮੇਂ ਦੇ ਵਿੱਚ ਪ੍ਰੋਟੀਨ ਕੋਈ ਵੀ ਬੰਦਾ ਨਹੀਂ ਲੈ ਰਿਹਾ 1 ਕਿਲੋ ਵਜਨ ਦੇ ਪਿੱਛੇ ਤੁਹਾਨੂੰ 1 ਗ੍ਰਾਮ ਪ੍ਰੋਟੀਨ ਆ ਜਿਹੜਾ ਰੋਜ਼ ਦਾ ਜ਼ਰੂਰੀ ਆ ਸਭ ਤੋਂ ਵੱਧ ਸਾਡੇ ਸਰੀਰ ਲਈ ਜਿਹੜਾ ਜ਼ਰੂਰੀ ਆ ਪ੍ਰੋਟੀਨ ਉਹੀ ਅਸੀਂ ਆਪਣੀ ਬਾਡੀ ਨੂੰ ਨਹੀਂ ਦੇ ਰਹੇ ਤਾਂ ਉਹਦੇ ਕਰਕੇ ਹੀ ਜਿਹੜੀਆਂ ਸਾਨੂੰ ਭਿਆਨਕ ਬਿਮਾਰੀਆਂ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਲੱਗ ਰਹੀਆਂ ਜ ਜੀ ਨੁਸਖੇ ਫਾਰਮੂਲੇ ਰਾਤ ਨੂੰ ਤੁਸੀਂ ਪਹਿਲਾਂ ਭੋ ਕੇ ਰੱਖੋਗੇ ਫਿਰ ਇਹਦੇ ਵਿੱਚੋਂ ਕੁਝ ਨਾ ਕੁਝ ਤੁਸੀਂ ਨੁਸਖਾ ਫਾਰਮੂਲਾ ਬਣਾਉਂਗੇ ਪਰ ਅੱਜ ਕੱਲ ਤਾਂ ਸਾਡੇ ਕੋਲ ਡੱਬਾ ਬੰਦ ਪ੍ਰੋਟੀਨ ਆ ਰਹੇ ਨੇ ਜੀ ਇੱਕ ਚਮਚਾ ਲੋ ਦੁੱਧ ਚ ਸ਼ੇਕ ਕਰੋ ਬਣਾਓ ਤੇ ਮੌਜੇ ਮੌਜੇ ਜੀ ਉਹ ਇੱਕ ਸਿੰਥੈਟਿਕ ਹੈ ਆਰਟੀਫੀਸ਼ੀਅਲ ਹੈ ਇੱਕ ਕੈਮੀਕਲ ਬੇਸਡ ਜਿਹੜੇ ਆਪਾਂ ਖਾਂਦੇ ਆ ਸਵੇਰੇ ਵੀ ਹਾਂਜੀ ਕੋਈ ਵੀ ਲੈ ਲਿਆ ਬਾਜ਼ਾਰੋਂ ਤਾਂ ਉਹ ਦੁੱਧ ਚ ਘੋਲਿਆ ਜਾਂ ਪਾਣੀ ਦੇ ਵਿੱਚ ਘੋਲ ਕੇ ਲੈ ਲਿਆ ਉਹ ਸਾਡੀ ਬਾਡੀ ਨੂੰ ਸਗੋਂ ਹੋਰ ਰੋਗੀ ਬਣਾਉਂਦਾ ਹੈ ਕੀ ਕਰਨਾ ਚੰਗੀ ਤਰ੍ਹਾਂ ਐਦਾਂ ਫੜਕੇ ਇਹਨੂੰ ਇਹਨੂੰ ਮਲਣਾ ਹੈ ਮਲ ਕੇ ਇਹਦੇ ਪਰਤੇ ਛਿਲਕਾ اتار ਦੇਣਾ 100 ਗ੍ਰਾਮ ਦਾ ਛਿਲਕਾ اتار ਕੇ ਚੰਗੀ ਤਰ੍ਹਾਂ ਪਾਣੀ ਚ ਧੋ ਕੇ ਤੁਸੀਂ ਗ੍ਰाइंड ਕਰ ਲੈਣਾ ਇਹਨੂੰ ਚਾਹੇ ਕੁੰਡੇ ਚ ਕਰ ਲੋ ਚਾਹੇ ਤੁਸੀਂ ਆਪਣੇ ਘਰੇ ਮਿਕਸੀ ਚ ਕਰ ਲੋ ਗ੍ਰाइंड ਕਰੋ ਉਹਦੇ ਵਿੱਚ ਪਾਣੀ ਪਾਓ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇਹ ਵੀਡੀਓ ਅਸੀਂ ਉਹਨਾਂ ਲੋਕਾਂ ਵਾਸਤੇ ਲੈ ਕੇ ਆਏ ਆ ਜਿਹੜੇ ਲੋਕ ਕਹਿੰਦੇ ਨੇ ਕਿ ਸਾਨੂੰ ਸਵੇਰੇ ਸਵੇਰੇ ਉੱਠਦੇ ਸਾਰ ਹੀ ਤਾਕਤ ਵਾਲਾ ਕੈਪਸੂਲ ਜਾਂ ਤਾਕਤ ਵਾਲੀਆਂ ਗੋਲੀਆਂ ਜਾਂ ਫਿਰ ਤਾਕਤ ਵਾਲਾ ਕੋਈ ਹੋਰ ਨੁਸਕਾ ਫਾਰਮੂਲਾ ਲੈਣਾ ਪੈਂਦਾ ਤਾਂ ਉਸ ਤੋਂ ਬਾਅਦ ਜਿਹੜਾ ਸਾਡਾ ਸਰੀਰ ਹੈਗਾ ਅਸੀਂ ਕਹਿ ਲਈਏ ਕਿ ਤੜਫੜਦਾ ਹੈ ਯਾਨੀ ਕਿ ਉਹਦੇ ਵਿੱਚ ਤਾਕਤ ਆਉਂਦੀ ਹੈ ਕੰਮ ਕਰਨ ਯੋਗੀ ਰੋਜ਼ਾਨਾ ਦੇ ਕੰਮਕਾਰ ਸਵਾਰਨ ਯੋਗੀ ਪਰ ਅੱਜ ਤੁਹਾਡੇ ਨਾਲ ਜਿਹੜਾ ਨੁਸਕਾ ਫਾਰਮੂਲਾ ਅਸੀਂ ਸ਼ੇਅਰ ਕਰਨ ਜਾ ਰਹੇ ਹਾਂ ਉਹ ਇਨਾ ਕੋ ਬਿਹਤਰੀਨ ਨੁਸਖਾ ਹੈ ਕਿ ਤੁਹਾਡੇ ਗੋਲੀਆਂ ਕੈਪਸੂਲ ਹੋਰ ਤਰ੍ਹਾਂ ਤਰ੍ਹਾਂ ਦੇ ਜਿਹੜੇ ਵੀ ਚੀਜ਼ਾਂ ਤੁਸੀਂ ਤਾਕਤ ਦੇ ਲਈ ਤਾਕਤ ਦੀ ਪੂਰਤੀ ਕਰਨ ਦੇ ਲਈ ਖਾਂਦੇ ਹੋ ਉਹ ਸਾਰੀਆਂ ਚੀਜ਼ਾਂ ਤੁਹਾਡੀਆਂ ਛੁੱਟ ਸਕਦੀਆਂ ਨੇ ਅੱਜ ਅਸੀਂ ਪਹੁੰਚੇ ਹਾਂ ਉੱਚਾ ਪਿੰਡ ਸੰਘੋਲ ਜਿੱਥੇ ਨੇ ਪੰਜਾਬ ਦੇ ਸਭ ਤੋਂ ਯੰਗੇਸਟ ਵੈਦ ਵੈਦ ਗਰੂਪ ਸਿੰਘ ਪੰਗੂ ਉਹ ਤੁਹਾਡੇ ਨਾਲ ਨੁਸਖਾ ਫਾਰਮੂਲਾ ਸ਼ੇਅਰ ਕਰਨਗੇ ਪਹਿਲਾਂ ਉਹਨਾਂ ਦਾ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰ ਲੈਂਦੇ ਆ ਬੜਾ ਕੀਮਤੀ ਸਮਾਂ ਹੁੰਦਾ ਆਪਣੇ ਕੀਮਤੀ ਸਮੇਂ ਚੋਂ ਸਮਾਂ ਛੱਡ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫੇਰ ਜੀ ਹਕੀਕਤ ਟੀਵੀ ਪੰਜਾਬੀ ਤੇ ਜੀ ਜੀ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਤੁਹਾਡਾ ਜੀ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਤੁਹਾਡਾ ਇਹ ਨੁਸਖਾ ਫਾਰਮੂਲਾ ਦੇਖੋ ਇਹ ਕੁਝ ਫਲੀਆਂ ਸਟਾਈਲ ਚ ਕੁਝ ਕੱਢ ਕੇ ਰੱਖਿਆ ਹੋਇਆ ਹੈ ਔਰ ਨਾਲ ਹੀ ਦੁੱਧ ਮੈਨੂੰ ਲੱਗਦਾ ਕਿ ਦੁੱਧ ਹੈ ਜਿਹੜਾ ਇਹਨਾਂ ਨੇ ਸ਼ਾਇਦ ਉਬਾਲ ਕੇ ਰੱਖਿਆ ਹੈ ਕੀ ਕੀਤੇ ਅਸੀਂ ਇਸ ਤੋਂ ਪਹਿਲਾਂ ਕਿ ਤੁਹਾਡੇ ਨੁਸਖੇ ਫਾਰਮੂਲੇ ਵੱਲ ਨੂੰ ਅਸੀਂ ਜਾਈਏ ਸਾਨੂੰ ਇਹ ਦੱਸੋ ਵੀ ਇਸ ਵੇਲੇ ਜਿਹੜੀ ਤਾਕਤ ਦੀ ਹਰੇਕ ਹੀ ਬੰਦਾ ਹਰੇਕ ਹੀ ਔਰਤ ਹਰੇਕ ਹੀ ਬੱਚਾ ਹਰੇਕ ਹੀ ਬਜ਼ੁਰਗ ਕਹਿੰਦੇ ਕਿ ਪਹਿਲਾਂ ਵਾਲੀ ਤਾਕਤ ਨਹੀਂ ਰਹੀ ਸਾਡੇ ਜਿਸਮਾਂ ਚ ਚਾਹੇ ਉਹ 20 ਸਾਲ ਦਾ ਹੈ ਚਾਹੇ ਉਹ 25 ਸਾਲ ਦਾ ਹੈ ਚਾਹੇ 30 ਸਾਲ ਦਾ ਹੈ ਇਵਨ ਕਿ ਚਾਹੇ ਬੱਚਾ ਹੈ ਉਹ ਵੀ ਪੌੜੀਆਂ ਚੜਦਾ ਆ ਕੇ ਕਹਿੰਦਾ ਮਮਾ ਮੈਂ ਥੱਕ ਗਿਆ ਦੇਖੋ ਉਹਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੇ ਸਰੀਰ ਦੀ ਖਰਾਕ ਮੈਟਰ ਕਰਦੀ ਹੈ ਤੁਸੀਂ ਇਹ ਕਹਿ ਲਓ ਵੀ ਹਰ ਬੰਦਾ ਅੱਜ ਦੇ ਸਮੇਂ ਦੇ ਵਿੱਚ ਪ੍ਰੋਟੀਨ ਕੋਈ ਵੀ ਬੰਦਾ ਨਹੀਂ ਲੈ ਰਿਹਾ ਫੈਟ ਰੱਜ ਰੱਜ ਕੇ ਹਰ ਬੰਦਾ ਖਾ ਰਿਹਾ ਹੈ ਦੇਖਿਆ ਇੱਕ ਅੰਦਾਜ਼ੇ ਦੇ ਤੌਰ ਤੇ ਤੁਹਾਨੂੰ ਦੱਸਿਓ ਜੇ ਬੰਦੇ ਦਾ ਕਿਸੇ ਦਾ 50 ਕਿਲੋ ਜਾਂ 60 ਕਿਲੋ ਵਜ਼ਨ ਹੈ ਤਾਂ 1 ਕਿਲੋ ਵਜ਼ਨ ਦੇ ਪਿੱਛੇ ਤੁਹਾਨੂੰ 1 ਗ੍ਰਾਮ ਪ੍ਰੋਟੀਨ ਆ ਜਿਹੜਾ ਰੋਜ਼ ਦਾ ਜ਼ਰੂਰੀ ਹੈ ਸਾਡੇ ਸਰੀਰ ਨੂੰ 1 ਕਿਲੋ ਵਜ਼ਨ ਦੇ ਪਿੱਛੇ 1 ਗ੍ਰਾਮ ਪ੍ਰੋਟੀਨ ਅਸੀਂ ਲੈ ਉਹਦੇ ਵਿੱਚ ਤੁਸੀਂ ਕਹਿ ਲਓ ਵੀ 2 4 5 ਵੀ 5 ਕਾਮੀ ਪ੍ਰੋਟੀਨ ਅਸੀਂ ਆਪਣੀ ਬਾਡੀ ਨੂੰ ਡੇਲੀ ਦੀ ਰੁਟੀਨ ਦੇ ਵਿੱਚ ਰੋਜ਼ਾਨਾ ਅਸੀਂ ਨਹੀਂ ਦੰਦੇ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਡਾਕਟਰਾਂ ਨੇ ਤੁਹਾਡੀਆਂ ਦਾਲਾਂ ਉਹ ਬੰਦ ਕਰਤੀਆਂ ਦੁੱਧ ਤੁਹਾਡਾ ਉਹ ਬੰਦ ਕਰਤਾ ਦੇਸੀ ਕੀ ਤੁਹਾਡਾ ਉਹ ਬੰਦ ਕਰਤਾ ਤੇ ਪਨੀਰ ਸਾਡਾ ਉਹ ਬੰਦ ਕਰਤਾ ਤੇ ਪਿੱਛੇ ਜਿਹੜਾ ਖਾਣ ਵਾਸਤੇ ਪ੍ਰੋਟੀਨ ਲੈਣ ਵਾਸਤੇ ਸਾਡਾ ਕੁਝ ਬਚਿਆ ਹੀ ਨਹੀਂ ਸਾਡੀ ਬੋਡੀ ਨੂੰ ਸਭ ਤੋਂ ਵੱਧ ਸਟਰੋਂਗ ਪਾਵਰਫੁਲ ਬਣਾਉਣ ਵਾਲਾ ਇੱਕ ਪ੍ਰੋਟੀਨ ਹੈ ਜਿਹੜੀ ਇੱਕ ਡਾਈਟ ਆ ਸਾਡੀ ਅਗਰ ਅਸੀਂ ਉਹੀ ਨਹੀਂ ਲੈ ਰਹੇ ਤਾਂ ਸਾਡਾ ਮਾਨਸਿਕ ਤੇ ਸਰੀਰਕ ਜਿਹੜੇ ਦੋਏ ਪੱਖ ਤੋਂ ਜਿਹੜਾ ਸਾਡਾ ਅਸੀਂ ਕਮਜ਼ੋਰ ਮਹਿਸੂਸ ਕਰਨ ਲੱਗ ਜਾਂਦੇ ਆ ਸਭ ਤੋਂ ਵੱਧ ਸਾਡੇ ਸਰੀਰ ਲਈ ਜਿਹੜਾ ਜ਼ਰੂਰੀ ਆ ਪ੍ਰੋਟੀਨ ਉਹੀ ਅਸੀਂ اپنی باڈی ਨੂੰ ਨਹੀਂ ਦੇ ਰਹੇ ਤਾਂ ਉਹਦੇ ਕਰਕੇ ਹੀ ਜਿਹੜੀਆਂ ਸਾਨੂੰ ਭਿਆਨਕ ਬਿਮਾਰੀਆਂ ਜਿਹੜੀਆਂ ਅੱਜ ਦੇ ਸਮੇਂ ਦੇ ਵਿੱਚ ਲੱਗ ਰਹੀਆਂ ਜਿਹਨੂੰ ਤੁਸੀਂ ਕਹ ਦਿੰਨੋ ਇਮਿਊਨਿਟੀ ਵੀਕ ਹੋ ਗਈ ਜੀ ਸੈੱਲ ਘਟ ਕੇ ਜਾਂ ਇਹ ਘਟ ਕੇ ਹਰ ਤੁਸੀਂ ਇਹ ਕਹ ਲਓ ਹਰ ਤੀਜੇ ਮਹੀਨੇ ਦੇ ਇਸ ਸਤੰਬਰ ਅਕਤੂਬਰ ਦੇ ਮਹੀਨੇ ਦੇ ਵਿੱਚ ਹਰ ਤੀਜੇ ਬੰਦੇ ਦੇ ਜਿਹੜੇ ਸੈੱਲ ਘਟ ਰਹੇ ਆ ਉਹਦਾ ਕਾਰਨ ਸਭ ਤੋਂ ਵੱਡਾ ਮੇਨ ਕਾਰਨ ਹੈ ਤੁਹਾਡੀ ਖਾਣਾਕ ਦੀ ਪੂਰਤੀ ਨਾ ਹੋਣਾ ਇਹ ਪ੍ਰੋਟੀਨ ਕੀ ਚੀਜ਼ ਹੈ ਜੀ ਪ੍ਰੋਟੀਨ ਦੇਖੋ ਪ੍ਰੋਟੀਨ ਕੀ ਚੀਜ਼ ਆ ਪ੍ਰੋਟੀਨ ਤੁਹਾਡੇ ਜਿਵੇਂ ਵਿਟਾਮਿਨ ਹੈ ਮੈਰਲਰਾ ਉਹਦਾ ਹੀ ਸਾਡਾ ਜਿਹੜਾ ਪ੍ਰੋਟੀਨ ਹੈ ਉਹ ਵੀ ਇੱਕ ਤੁਹਾਡੀ ਬਾਡੀ ਨੂੰ ਇੱਕ ਤੱਤ ਹੈ ਜੋ ਸਾਡੇ ਮਸਲਾਂ ਨੂੰ ਸਭ ਤੋਂ ਵੱਧ ਜਿਹੜਾ ਚਾਹੀਦਾ ਉਹਨੂੰ ਸਟਰੋਂਗ ਬਣਾ ਕੇ ਰੱਖਦਾ ਹੈ ਸਾਡੇ ਸਰੀਰ ਵਾਸਤੇ ਲੋਕ ਕਹਿੰਦੇ ਨੇ ਵੀ ਬਹੁਤ ਸਾਰੇ ਮਰੀਜ਼ ਕਹਿੰਦੇ ਨੇ ਵੀ ਹੱਡੀਆਂ ਸਾਡੇ ਸਰੀਰ ਦੀਆਂ ਮਜ਼ਬੂਤ ਹੋਣੀਆਂ ਚਾਹੀਦੀਆਂ ਜੇ ਤੁਹਾਡੀਆਂ ਹੱਡੀਆਂ ਨਾਲੋਂ ਪਹਿਲਾਂ ਤੁਹਾਡੇ ਮਸਲ ਕਮਜ਼ੋਰ ਹੋ ਗਏ ਤਾਂ ਤੁਹਾਡੀਆਂ ਜਿਹੜੀਆਂ ਹੱਡੀਆਂ ਉਹ ਕਿਸੇ ਕੰਮ ਦੀ ਨਹੀਂ ਕਿਉਂਕਿ ਤੁਹਾਡੀਆਂ ਹੱਡੀਆਂ ਨੂੰ ਜਕੜ ਕੇ ਤੁਹਾਡੇ ਮਸਲਾ ਨੇ ਰੱਖਣਾ ਅਗਰ ਮਸਲ ਨੂੰ ਤੁਹਾਡੇ ਨੂੰ ਪੂਰਾ ਪ੍ਰੋਟੀਨ ਹੋਊਗਾ ਮਿਲੇਗਾ ਉਹ ਤਦੇ ਜਿਹੜਾ ਹੈਗਾ ਅਸਲੀ ਤੰਦਰੁਸਤ ਬਣ ਸਕਦਾ ਅਗਰ ਉਹਨੂੰ ਪੂਰਾ ਪ੍ਰੋਟੀਨ ਨਹੀਂ ਬਣੂ ਮਿਲੂਗਾ ਤਾਂ ਉਹ ਤੁਹਾਡੀਆਂ ਹੱਡੀਆਂ ਨੂੰ ਵੀ ਨਾਲ ਕਹਿ ਲੋ ਕਮਜ਼ੋਰ ਕਰ ਦੂਗਾ ਜੀ ਪਰ ਡਾਕਟਰ ਸਾਹਿਬ ਇਹ ਇੰਨਾ ਕੁਝ ਕਰਨ ਦੀ ਕੀ ਲੋੜ ਹੈ ਜੀ ਇਹ ਨੁਸਖੇ ਫਾਰਮੂਲੇ ਰਾਤ ਨੂੰ ਤੁਸੀਂ ਪਹਿਲਾਂ ਪਿਉ ਕੇ ਰੱਖੋਗੇ ਫਿਰ ਇਹਦੇ ਵਿੱਚ ਉਹ ਕੁਝ ਨਾ ਕੁਝ ਤੁਸੀਂ ਨੁਸਕਾ ਫਾਰਮੂਲਾ ਬਣਾਉਂਗੇ ਪਰ ਅੱਜ ਕੱਲ ਤਾਂ ਸਾਡੇ ਕੋਲ ਡੱਬਾ ਬੰਦ ਪ੍ਰੋਟੀਨ ਆ ਰਹੇ ਨੇ ਜੀ ਇੱਕ ਚਮਚਾ ਲਓ ਦੁੱਧ 'ਚ ਸ਼ੇਕ ਕਰੋ ਬਣਾਓ ਤੇ ਮੋਝੇ ਮੋਝਾ ਜੀ ਬਾਅਦ ਤੁਸੀਂ ਜੀ 2000 4000 ਦਾ ਡੱਬਾ ਕੋਈ ਲੈਂਦਾ ਤੁਸੀਂ ਇਹ ਕਹਿ ਲਓ ਵੀ ਮੰਨ ਲਓ ਕੋਈ ਕਹਿ ਕੇ ਲੈਂਦਾ ਵੀ ਵੇ ਪ੍ਰੋਟੀਨ ਹੈ ਇਹ ਵੇ ਪ੍ਰੋਟੀਨ ਤੁਸੀਂ ਇਹ ਸੋਚੋ ਵੀ ਦੁੱਧ ਦੇ ਵਿੱਚ ਜਦ ਅਸੀਂ ਪਨੀਰ ਕੱਢ ਲੈਂਦੇ ਆ ਪਿੱਛੇ ਪਾਣੀ ਬਚ ਜਾਂ ਪਾਣੀ ਨੂੰ ਸੁਕਾ ਕੇ ਬਣਾਇਆ ਜਾਂਦਾ ਹੈ ਤੁਸੀਂ ਇਹ ਦੇਖੋ ਵੀ 80 ਤੋਂ 90 ਰੁਪਏ ਕਿਲੋ ਦੁੱਧ ਜੇ ਆਪਾਂ ਮੰਨੀਏ ਅੱਜ ਦੇ ਟਾਈਮ ਦੁੱਧ ਦੀ ਕੀਮਤ ਹੈ ਤਾਂ 1 ਕਿਲੋ ਦੁੱਧ ਦੇ ਵਿੱਚ ਲਗਭਗ 25 ਤੋਂ 30 ਗ੍ਰਾਮ ਜਿਹੜਾ ਪ੍ਰੋਟੀਨ ਮਿਲਦਾ ਤੁਸੀਂ ਇਹ ਕਹ ਲਓ ਵੀ ਕਿੰਨਾ ਦੁੱਧ ਸਾਨੂੰ ਜਿਹੜਾ ਹੈਗਾ ਉਹ ਕਰਨਾ ਪਊਗਾ ਇੱਕ ਤਰ੍ਹਾਂ ਦਾ ਉਹਦੇ ਵਿੱਚ ਡਿਸਾਲਵ ਕਰਨਾ ਪਊਗਾ ਤਾਂ ਜਾ ਕੇ ਸਾਨੂੰ ਕਿੰਨਾ ਉਹ ਤਾਂ ਜਿਹੜਾ ਤੁਸੀਂ ਪ੍ਰੋਟੀਨ ਦਾ ਡੱਬਾ 2000 2500 3000 ਦਾ ਲੈਨੇ ਹੋ ਉਹ ਤਾਂ ਤੁਹਾਡਾ ਪੂਰਾ ਵੀ ਨਹੀਂ ਹੁੰਦਾ ਜਿੰਨਾ ਤੁਹਾਨੂੰ ਪ੍ਰੋਟੀਨ ਉਹਦੇ ਵਿੱਚ ਪਾ ਕੇ ਦੇਈ ਜਾਂਦੇ ਆ ਉਹ ਇੱਕ ਸਿੰਥੈਟਿਕ ਹੈ ਆਰਟੀਫੀਸ਼ੀਅਲ ਆ ਇੱਕ ਕੈਮੀਕਲ ਬੇਸਡ ਜਿਹੜੇ ਆਪਾਂ ਖਾਂਦੇ ਆ ਸਵੇਰੇ ਵੀ ਹਾਂਜੀ ਕੋਈ ਵੀ ਲੈ ਲਿਆ ਬਾਜ਼ਾਰੋਂ ਤਾਂ ਉਹ ਦੁੱਧ ਚ ਘੋਲਿਆ ਜਾਂ ਪਾਣੀ ਦੇ ਵਿੱਚ ਘੋਲ ਕੇ ਲੈ ਲਿਆ ਉਹ ਸਾਡੀ ਬੋਡੀ ਨੂੰ ਸਗੋਂ ਹੋਰ ਰੋਗੀ ਬਣਾਉਂਦਾ ਸਾਡੇ ਕਿਡਨੀਆ ਤੇ ਕਿਉਂਕਿ ਜਿੰਨਾ ਦੇਖੋ ਤੁਸੀਂ ਕੈਟਾਲਿਸਟ ਲਓਗੇ ਤੁਸੀਂ ਕ੍ਰਿਸਟਲ ਟਾਈਪ ਜਿੰਨੀ ਚੀਜ਼ ਲਓਗੇ ਜਿੰਨੇ ਕ੍ਰਿਸਟਲ ਲਓਗੇ ਉਹਨਾਂ ਤੁਹਾਡੀ ਬੋਡੀ ਨੂੰ ਜਿਹੜਾ ਹੈਗਾ ਉਹ ਪਚਾਉਣਾ ਔਖਾ ਹੋ ਜਾਊਗਾ ਸਭ ਤੋਂ ਵੱਧ ਤੁਹਾਡੀ ਕਿਡਨੀ ਤੇ ਸਾਈਡ ਇਫੈਕਟ ਕਰਦਾ ਇਸ ਕਰਕੇ ਅਸੀਂ ਘਰ ਦੇ ਵਿੱਚ ਜਿਹੜਾ ਆਪਾਂ ਨਵਾਂ ਫਾਰਮੂਲਾ ਲੈ ਕੇ ਆਏ ਹਾਂ ਅੱਗੇ ਲੋਕ ਇਹ ਚੀਜ਼ਾਂ ਖਾਂ ਦੇ ਸੀਗੇ ਪਰ ਅੱਜ ਇਹ ਲੋਕ ਚੀਜ਼ਾਂ ਜਿਹੜੇ ਹੈਗੀਆਂ ਦੇਖਣਾ ਜਾਂ ਇਹਨੂੰ ਬਣਾਉਣਾ ਜਾਂ ਇਹਨੂੰ ਕਰਨਾ ਪਸੰਦ ਕਰਨਾ ਛੱਡ ਗਏ ਤਾਂ ਕਰਕੇ ਅਸੀਂ ਬਿਮਾਰੀਆਂ ਵੱਲ ਵਧ ਗਏ ਅਸੀਂ ਘਰ ਦੇ ਵਿੱਚ ਤੁਹਾਨੂੰ ਦੱਸਾਂਗੇ ਵੀ ਤੁਸੀਂ ਕਿਵੇਂ ਹਰ ਰੋਜ਼ ਆਪਣੀ ਬਾਡੀ ਦਾ ਜਿਹੜਾ ਪ੍ਰੋਟੀਨ ਕਿਵੇਂ ਪੂਰਾ ਕਰ ਸਕਦੇ ਹੋ ਆਪਣੀ ਬਾਡੀ ਨੂੰ ਤੰਦਰੁਸਤ ਕਿਵੇਂ ਕਰ ਸਕਦੇ ਹੋ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਉਹ ਸਿੰਥੈਟਿਕ ਹੈਗਾ ਪਰ ਉੱਥੇ ਤਾਂ ਬੜੇ ਵੱਡੇ ਵੱਡੇ ਡੌਲਿਆਂ ਵਾਲੇ ਉਹ ਬੋਡੀ ਬਿਲਡਰ ਦਿਖਾਈ ਹੁੰਦੇ ਨੇ ਵੀ ਤੁਸੀਂ ਇਸ ਤਰ੍ਹਾਂ ਦਾ ਕਹੋਗੇ ਕਹਿਣ ਦਾ ਮਤਲਬ ਇਹ ਤੁਹਾਡੇ ਡੋਲੇ ਬਣ ਜਣੇ ਆ ਤਾਕਤ ਆ ਜਾਣੀ ਹੈ ਤੁਹਾਡੇ ਮਸਲਸ ਸਟਰੋਂਗ ਹੋਣਗੇ ਤੁਸੀਂ ਕਹਿ ਰਹੇ ਹੋ ਕਿ ਇਹ ਸਿੰਥੈਟਿਕ ਹੈ ਜੀ ਉਹ ਚੀਜ਼ ਤੁਸੀਂ ਦੇਖੋ ਜੀ ਕੋਈ ਵੀ ਤੁਸੀਂ ਬੋਡੀ ਬਿਲਡਰ ਦੇਖਿਆ ਤਕੜੇ ਤੋਂ ਤਕੜਾ 40 45 ਹੱਦ 50 ਸਾਲ ਨਹੀਂ ਟੱਪਦੇ ਕਿਉਂਕਿ ਉਹ ਉਮਰ ਤੋਂ ਪਹਿਲਾਂ ਹੀ ਜਿਆਦਾ ਨਜਾਇਜ਼ ਮਾਤਰਾ ਦੇ ਵਿੱਚ ਪ੍ਰੋਟੀਨ ਕਹਿ ਲਓ ਜਿਆਦਾ ਸਿੰਥੈਟਿਕ ਲੈ ਕੇ ਕਹਿ ਲਓ ਆਪਣੇ ਆਪ ਨੂੰ ਇੱਕ ਤਰ੍ਹਾਂ ਦਾ ਬੁੱਢਾ ਕਰ ਲੰਨੇ ਆ ਆਪਣੇ ਜਿਹੜੇ ਆਰਗਨ ਆ ਉਹਨਾਂ ਨੂੰ ਡੈਮੇਜ ਕਰ ਲੰਨੇ ਆ ਇੱਕ ਵਾਰ ਤਾਂ ਜਿਹੜੀ ਬੋਡੀ ਆ ਉਹਨਾਂ ਦੀ ਫੁੱਲ ਕੇ ਜਾਂ ਮਸਲ ਗੇਨ ਹੋ ਜਾਂ ਹੋ ਜਾਂਦਾ ਪਰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਬੋਡੀ ਤੇ ਮਾੜੇ ਪ੍ਰਭਾਵ ਪੈਣੇ ਨੇ ਉਹਦੇ ਮਾੜੇ ਰਿਜ਼ਲਟ ਮਿਲਣੇ ਨੇ ਉਹ ਸਿੱਧਾ ਤੁਹਾਨੂੰ ਇੱਕ ਤਰ੍ਹਾਂ ਦਾ ਕਹਿ ਲਓ ਵੀ ਮੌਤ ਵੱਲ ਹੀ ਲੈ ਕੇ ਜਾਂਦਾ ਹੈ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਤੁਹਾਨੂੰ ਜਦੋਂ ਤੁਸੀਂ ਨੈਚੁਰਲ ਚੀਜ਼ ਖਾਣੇ ਹੋ ਨੈਚੁਰਲ ਚੀਜ਼ ਖਾ ਕੇ ਆਪਣੀ ਬੋਡੀ ਨੂੰ ਪੂਰਾ ਪੋਸ਼ਕ ਤਾਤਾਂ ਦੇ ਨਾਲ ਰੱਖਦੇ ਹੋ ਤਾਂ ਤੁਹਾਨੂੰ ਐਦਾਂ ਦੀਆਂ ਜਿਹੜੀਆਂ ਬਿਮਾਰੀਆਂ ਉਹ ਸਮੱਸਿਆਵਾਂ ਦਾ ਸਾਹਮਣਾ ਕਦੇ ਨਹੀਂ ਕਰਨਾ ਪੈਂਦਾ ਜੀ ਅੱਛਾ ਫਿਰ ਡਾਕਟਰ ਸਾਹਿਬ ਇੱਥੇ ਰਹੀ ਪ੍ਰੋਟੀਨ ਦੀ ਗੱਲ ਜੀ ਸਾਡੀਆਂ ਜਿਹੜੀਆਂ ਘਰਾਂ ਦੇ ਵਿੱਚ ਬਜ਼ੁਰਗ ਔਰਤਾਂ ਹੈਗੀਆਂ ਨੇ ਜਾਂ ਸਾਡੇ ਬਜ਼ੁਰਗ ਬਾਬੇ ਹੈਗੇ ਨੇ ਬਜ਼ੁਰਗ ਹੈਗੇ ਨੇ ਉਹ ਇੱਕ ਭੂਰਾ ਜਿਹਾ ਕੈਪਸੂਲ ਵੀ ਲੈਂਦੇ ਨੇ ਜੀ ਸਵੇਰੇ ਸਵੇਰੇ ਕਹਿੰਦੇ ਜੀ ਤਾਕਤ ਮਿਲਦੀ ਹੈ ਜੀ ਇਹਦੇ ਵਿੱਚੋਂ ਦੇਖੋ ਜੀ ਉਹ ਤੁਸੀਂ ਕਹਿ ਲਓ ਵੀ ਕੈਪਸੂਲ ਖਾ ਕੇ ਕਦੇ ਵੀ ਸਰੀਰਾਂ ਚ ਜਾਨ ਨਹੀਂ ਪੈਂਦੀ ਹੁੰਦੀ ਤੁਸੀਂ ਇਹ ਕਹਿ ਲਓ ਵੀ ਜਿੰਨੇ ਦਿਨ ਉਹ ਕੈਪਸੂਲ ਖਾਣੇ ਆ ਉਹਨੇ ਦਿਨ ਠੀਕ ਰਹਿੰਦੇ ਨੇ ਜਿੱਦਣ ਉਹ ਕੈਪਸੂਲ ਛੱਡਦਾ ਉਸ ਦਿਨ ਉਹ ਉਹਦਾ ਸਰੀਰ ਡਿੱਗਣ ਲੱਗ ਜਾਂਦਾ ਕਿਉਂਕਿ ਉਹ ਇੱਕ ਤਰ੍ਹਾਂ ਦੀ ਕੈਫੀਨ ਪਾ ਕੇ ਦੰਨੇ ਆ ਕਦੇ ਵੀ ਤਾਕਤ ਵਾਲੇ ਕੈਪਸੂਲਾਂ ਨੂੰ ਮੈਂ ਇੱਕ ਜਿਹੜਾ ਹੈਗਾ ਮਰੀਜ਼ਾਂ ਨੂੰ ਲੋਕਾਂ ਨੂੰ ਗੁਜਾਰਸ਼ ਕਰੂੰਗਾ ਵੀ ਕਦੇ ਵੀ ਤਾਕਤ ਵਾਲਾ ਕੈਪਸੂਲ ਤੁਸੀਂ ਲੈਨੇ ਹੋ ਉਹਨੂੰ ਕਦੇ ਵੀ ਤੋੜ ਕੇ ਖੋਲ ਕੇ ਉਹਦਾ ਜੀ ਦੇਖਿਓ ਵੀ ਤੁਹਾਨੂੰ ਟੇਸਟ ਉਹਦਾ ਕਿੱਦਾਂ ਆਉਂਦਾ ਤੁਹਾਨੂੰ ਟੇਸਟ ਕੈਫੀਨ ਜਾਂ ਕਾਫੀ ਦੀ ਤਰ੍ਹਾਂ ਟੇਸਟ ਆਊਗਾ ਉਹਦਾ ਉਹ ਸਾਰੀ ਉਹਦੇ ਵਿੱਚ ਕੈਫੀਨ ਭਰੀ ਹੋਈ ਹੈ ਕੈਫੀਨ ਤੁਹਾਡੀ ਬੋਡੀ ਨੂੰ ਇੱਕਦਮ એનર્ਜੀ ਦੇ ਦਿੰਦੀ ਹੈ ਜਿੱਦਣ ਤੁਸੀਂ ਉਹਨੂੰ ਨਹੀਂ ਲੈਂਦੇ ਉਹ ਫੀਮ ਵਾਲਾ ਕੰਮ ਹੈ ਜਿੱਦਣ ਤੁਸੀਂ ਨਹੀਂ ਲੈਂਦੇ ਤੁਹਾਡਾ ਸਰੀਰ ਉਹਦਾ ਡਿੱਗਦਾ ਜਾਂਦਾ ਜੀ ਅੱਛਾ ਡਾਕਟਰ ਸਾਹਿਬ ਫਿਰ ਬੱਚਿਆਂ ਵਾਸਤੇ ਜਿਹੜੇ ਬੱਚੇ ਕਮਜ਼ੋਰੇ ਨੇ ਜਾਂ ਜਿਨ੍ਹਾਂ ਦਾ weight ਘਟ ਹੈ ਜਾਂ ਫਿਰ ਜਿਹੜੇ ਬੱਚੇ ਨਹੀਂ ਖਾਂਦੇ ਪੀਂਦੇ ਇਸ ਵੇਲੇ ਉਨਾ ਵਾਸਤੇ ਸਭ ਤੋਂ ਬੈਸਟ ਪ੍ਰੋਟੀਨ ਕਿਹੜਾ ਤੁਹਾਡੇ ਮੁਤਾਬਕ ਦੇਖੋ ਉਸ ਉਹਨਾਂ ਵਾਸਤੇ ਸੋਇਆ ਪ੍ਰੋਟੀਨ ਨਾ ਕਿ ਤੁਹਾਡਾ ਬਾਹਰੋਂ ਡੱਬਾ ਬੰਦ ਜਾਂ ਤੁਸੀਂ ਸੋਇਆ ਪਨੀਰ ਬਾਹਰੋਂ ਲੈਂਦੇ ਹੋ ਕਿਉਂਕਿ ਬਾਹਰੋਂ ਜਿੰਨੇ ਕ ਤੁਹਾਨੂੰ ਘੱਟ ਰੇਟ 'ਚ ਬਾਹਰੋਂ ਮਿਲਦਾ ਉਨੇ 'ਚ ਉਹ ਤਿਆਰ ਹੀ ਨਹੀਂ ਹੋ ਸਕਦਾ ਦੂਜਾ ਨੰਬਰ ਕੀ ਆ ਇੱਕੋ ਫਰੋਜਨ ਆ ਗਿਆ ਤੁਹਾਨੂੰ ਇਹ ਨਹੀਂ ਪਤਾ ਉਹ 10 ਦਿਨ ਦਾ ਬਣਿਆ ਹੋਇਆ 15 ਦਿਨ ਦਾ ਬਣਿਆ ਹੋਇਆ ਜਿਹੜੀ ਚੀਜ਼ ਤੁਸੀਂ ਆਪਣੇ ਅੱਖਾਂ ਸਾਹਮਣੇ ਆਪਣੇ ਹੱਥਾਂ ਨਾਲ ਬਣਾ ਕੇ ਤਾਜ਼ੀ ਖਾਂਦੇ ਹੋ ਉਹ ਹੀ ਅਸਲੀ ਆਪਾਂ ਸ਼ੁੱਧ ਕਹਿ ਸਕਦੇ ਹਾਂ ਨਾ ਕਿ ਜਿਹੜੀ ਤੁਹਾਡੀ ਪੈਕਟਾਂ ਦੇ ਵਿੱਚ ਪਲਾਸਟਿਕ ਦੇ ਵਿੱਚ ਬੰਦ ਕੀਤੀ ਹੋਈ ਆ ਉਹ ਤੁਹਾ ਦੀਰ ਨੂੰ ਹੋਰ ਜਿਆਦਾ ਖਤਮ ਕਰ ਰਹੀ ਹੈ ਜੀ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਦੱਸ ਰਹੇ ਹੋ ਇਹ ਸੋਇਆ ਇਹ ਸੋਇਆਬੀਨ ਦੀਆਂ ਫਲੀਆਂ ਨੇ ਜੀ ਸੋਇਆਬੀਨ ਦੀਆਂ ਫਲੀਆਂ ਨੇ ਇਹ ਸੋਇਆਬੀਨ ਦੀ ਦਾਲ ਲਗਭਗ ਹਰ ਕਰਿਆਨਾ ਸਟੋਰ ਤੋਂ ਮਿਲ ਜਾਂਦੀ ਹੈ ਤਾਂ ਤੁਸੀਂ ਉਹਨੂੰ ਰਾਤ ਨੂੰ ਭਿਉਂਦਣਾ ਹੈ ਰਾਤ ਨੂੰ ਭਿਉਂ ਕੇ ਸਵੇਰੇ ਤੁਸੀਂ ਉਹਨੂੰ ਕੀ ਕਰਨਾ ਚੰਗੀ ਤਰ੍ਹਾਂ ਐਦਾਂ ਫੜ ਕੇ ਇਹਨੂੰ ਇਹਨੂੰ ਮਲਣਾ ਹੈ ਮਲ ਕੇ ਇਹਦੇ ਪਰਤੇ ਛਿਲਕਾ ਧਾਰ ਦੇਣਾ ਇਹਦਾ ਛਿਲਕਾ ਅਸੀਂ ਧਾਰਿਆ ਹੋਇਆ ਹੁਣ ਛਿਲਕਾ ਉਤਾਰ ਕੇ ਤੁਸੀਂ ਇਹਨੂੰ ਕੀ ਕਰਨਾ ਜਿੰਨੀ ਕੁ ਤੁਸੀਂ 100 ਗ੍ਰਾਮ ਤਾਂ ਲਗਭਗ ਡੇਲੀ ਲੈ ਲਓ 100 ਗ੍ਰਾਮ ਦਾ ਛਿਲਕਾ اتار ਕੇ ਚੰਗੀ ਤਰ੍ਹਾਂ ਪਾਣੀ 'ਚ ਧੋ ਕੇ ਤੁਸੀਂ ਗ੍ਰाइंड ਕਰ ਲੈਣਾ ਇਹਨੂੰ ਚਾਹੇ ਕੁੰਡੇ 'ਚ ਕਰ ਲੋ ਚਾਹੇ ਤੁਸੀਂ ਆਪਣੇ ਘਰੇ ਮਿਕਸੀ 'ਚ ਕਰ ਲੋ ਗ੍ਰाइंड ਕਰੋ ਉਹਦੇ ਵਿੱਚ ਪਾਣੀ ਪਾਓ ਤਾਂ ਪਾਣੀ ਪਾ ਕੇ ਕੀ ਬਣੂਗਾ ਆ ਜੱਟ ਸਾਹਿਬ ਮਾਫ ਕਰਨਾ ਮੈਂ ਤੁਹਾਨੂੰ ਇੱਥੇ ਰੋਕਣਾ ਚਾਹਾਂਗਾ ਮੈਂ 2-3 ਕਿਤਾਬਾਂ ਵੀ ਪੜ੍ਹੀਆਂ ਨੇ 2-3 ਵੀਡੀਓ ਵੀ ਮੇਰੇ ਸਾਹਮਣੇ ਆਈਆਂ ਜਿਦੇ ਵਿੱਚ ਇਹ ਕਿਹਾ ਗਿਆ ਕਿ ਜੇਕਰ ਅਸੀਂ ਸੋਇਆ ਬਿੰਦ ਦੀ ਕੋਈ ਵੀ ਕੋਈ ਵੀ ਜਿਹੜਾ ਨੁਸਕਾ ਫਾਰਮੂਲਾ ਸੀ ਲੈਣੇ ਆ ਜਾ ਕੋਈ ਵੀ ਪ੍ਰੋਟੀਨ ਬਤੌਰ ਅਸੀਂ ਡਾਈਟ ਦੇ ਇਸਤੇਮਾਲ ਕਰਦੇ ਆ ਤੇ ਤੁਹਾਡੇ ਹਾਰਮੋਨਸ ਚੇਂਜ ਕਰ ਦਿੰਦੇ ਜੀ ਦੇਖੋ ਹਾਰਮੋਨ ਚੇਂਜ ਦਾ ਤੁਹਾਡੇ ਜੇ ਤੁਸੀਂ ਗਲਤ ਧਾਰਨਾ ਸੋਚੋਗੇ ਦਿਮਾਗ ਦੇ ਵਿੱਚ ਗਲਤ ਚੀਜ਼ਾਂ ਸੋਚੋਗੇ ਉਹਦੇ ਨਾਲ ਵੀ ਚੇਂਜ ਹੋ ਜਾਂਦੇ ਨੇ ਜ਼ਰੂਰੀ ਨਹੀਂ ਵੀ ਹੈਗਾ ਤੁਹਾਡੀ ਖਾਣਕ ਨਾਲ ਹੋਣਗੇ ਪਰ ਜਦੋਂ ਤੁਸੀਂ ਆਪਣੀ ਡਾਈਟ ਨੂੰ ਹਾਜਮ ਨਹੀਂ ਕਰੋਗੇ ਹੁਣ ਮੰਨ ਲਓ ਤੁਸੀਂ ਪ੍ਰੋਟੀਨ ਲੈ ਲਿਆ ਨੈਚੁਰਲ ਪ੍ਰੋਟੀਨ ਲੈ ਲਿਆ ਜਦੋਂ ਤੱਕ ਤੁਸੀਂ ਉਹਨੂੰ ਬਰਨ ਨਹੀਂ ਕਰੋਗੇ ਉਹਨੂੰ ਡਾਈਜੈਸਟ ਨਹੀਂ ਕਰੋਗੇ ਉਹਨੂੰ ਐਕਸਰਸਾਈਜ਼ ਨਹੀਂ ਕਰੋਗੇ ਤਾਂ ਤੁਹਾਡੇ ਅੰਦਰ ਉਹ ਜੰਮੂਗਾ ਹੀ ਜੰਮ ਕੇ ਸਗੋਂ ਉਲਟ ਪ੍ਰਭਾਵ ਦੇਊਗਾ ਜਦੋਂ ਤੁਸੀਂ ਕੋਈ ਵੀ ਖਰਾਕ ਖਾ ਕੇ ਚੰਗੀ ਖਰਾਕ ਖਾ ਕੇ ਤੁਸੀਂ ਉਹਨੂੰ ਪਸੀਨਾ ਨਹੀਂ ਆਪਣੀ ਬਾਡੀ ਚੋਂ ਕੱਢਦੇ ਤੁਸੀਂ ਆਪਣੀ ਸਿਹਤ ਨੂੰ ਵਰਜਿਸ਼ ਨਹੀਂ ਕਰਾਉਂਦੇ ਹੈਗੇ ਤਾਂ ਉਦੋਂ ਤੱਕ ਕੋਈ ਵੀ ਚੀਜ਼ ਹੈ ਜਿਹੜੀ ਉਹ ਉਲਟ ਅਸਰ ਜ਼ਰੂਰ ਦਿਖਾ ਸਕਦੀ ਹੈ ਜੀ ਠੀਕ ਹੈ ਜੀ 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 ਇਹ ਹੁਣ ਆਪਾਂ ਨੇ ਕੀ ਕਰਨਾ ਤੁਸੀਂ ਦਾਲ ਨੂੰ ਚੰਗੀ ਤਰ੍ਹਾਂ ਮਲ ਕੇ ਗ੍ਰाइंड ਕਰ ਲੈਣਾ ਕੁੰਡੇ ਚ ਕੁੱਟ ਲਓ ਜਾਂ ਮਿਕਸੀ ਚ ਗ੍ਰाइंड ਕਰ ਲਓ ਉਹ ਤੋਂ ਬਾਅਦ ਤੁਹਾਡੇ ਕੋਲ ਇਹ ਚੀਜ਼ ਬਣ ਜਾਊਗੀ ਉਹਦੇ ਵਿੱਚ ਪਾਣੀ ਪਾ ਲੈਣਾ ਤੁਸੀਂ ਆਪਣਾ ਪਾਣੀ ਪਾ ਕੇ ਤੁਹਾਡੇ ਕੋਲ ਜਦੋਂ ਇਹ ਚੀਜ਼ ਬਣ ਗਈ ਤੁਹਾਨੂੰ ਹੁਣ ਦੱਸਾਂਗੇ ਵੀ ਸੋਇਆ ਦੁੱਧ ਤੇ ਸੋਇਆ ਪਨੀਰ ਕਿਵੇਂ ਬਣਦਾ ਕਿੰਨਾ ਸੌਖਾ ਕੰਮ ਹੈ ਇਹ ਪਰ ਜਿਹੜੇ ਸਾਡੇ ਲੋਕ ਹੈਗੇ ਆ ਉਹ ਸੌਖੇ ਕੰਮ ਤੋਂ ਭੱਜਦੇ ਨੇ ਪਰ ਸਰੀਰ ਨੂੰ ਬਿਮਾਰੀਆਂ ਜ਼ਰੂਰ ਲਾ ਦਿੰਦੇ ਨੇ ਇਹ ਆਪਾਂ ਨੇ ਕੀ ਕਰਨਾ ਇਹ ਚਿੱਟੇ ਕੱਪੜੇ ਚ ਸਾਫ਼ ਚ ਪਾਣ ਲੈਣਾ ਰੰਗਦਾਰ ਕੱਪੜਾ ਨਾ ਹੋਵੇ ਸਾਫ਼ ਕੱਪੜੇ 'ਚ ਜਦੋਂ ਤੁਸੀਂ ਪਾਉਣੋਗੇ ਤਾਂ ਦੇਖੋ ਤੁਸੀਂ ਕਮਾਲ ਦੀ ਗੱਲ ਕੀ ਚੀਜ਼ ਬਣ ਜਾਂਦੀ ਹੈ ਵੀ ਜਿਹੜਾ ਸਾਡਾ ਸੋਇਆ ਪਨੀਰ ਤੇ ਸੋਇਆ ਦੁੱਧ ਬਣਾਉਣਾ ਕਿੰਨਾ ਕੁ ਸੌਖਾ ਕੰਮ ਹੈ ਸਾਡੇ ਲਈ ਹੁਣ ਤੁਸੀਂ ਦੇਖੋ ਵੀ ਆਮ ਪ੍ਰਾਣੀਆਂ ਬੀਬੀਆਂ ਇਦਾਂ ਦੀ ਪੋਟਲੀ 'ਚ ਪਨੀਰ ਬਣਾਉਂਦੀਆਂ ਹੁੰਦੀਆਂ ਸੀ ਨਾ ਦੇਖੋ ਜਿਹੜੇ ਲੋਕ ਕਹਿੰਦੇ ਨੇ ਵੀ ਸਾਨੂੰ ਬਾਜ਼ਾਰੋਂ ਦੁੱਧ ਦੀ ਜਾਂ ਪੈਕਟਾਂ ਵਾਲਾ ਦੁੱਧ ਸ਼ੁੱਧ ਨਹੀਂ ਲੱਗਦਾ ਜਾਂ ਪੀਣ ਨੂੰ ਸਵਾਦ ਨਹੀਂ ਲੱਗਦਾ ਤਾਂ ਤੁਸੀਂ ਇਹ ਕਹਿ ਲਓ ਵੀ ਤੁਸੀਂ ਉਸ ਦੇ ਨਾਲੋਂ ਅੱਧੇ ਰੇਟ ਦੇ ਵਿੱਚ ਆਪਣੇ ਘਰ ਪਨੀਰ ਤੇ ਆਪਣੇ ਅੱਧੇ ਰੇਟ ਦੇ ਵਿੱਚ ਘਰ ਦੇ ਵਿੱਚ ਦੁੱਧ ਪਿਆ ਤਿਆਰ ਕਰ ਸਕਦੇ ਹਾਂ ਇਹ ਤੁਸੀਂ ਦੇਖੋ ਜਿਹੜਾ ਨੁੱਚੜ ਕੇ ਥੱਲੇ ਦੁੱਧ ਆ ਗਿਆ ਜਿਹੜਾ ਤੁਹਾਡਾ ਪੋਟਲੀ ਦੇ ਵਿੱਚ ਰਹਿ ਗਿਆ ਉਹ ਤੁਹਾਡਾ ਆ ਗਿਆ ਜੀ ਪਨੀਰ ਅੱਛਾ ਇਹ ਤੁਹਾਡਾ ਪਨੀਰ ਇਹ ਤੁਹਾਡਾ ਸੋਇਆ ਪਨੀਰ ਆ ਗਿਆ ਕਿੰਨਾ ਸੌਖਾ ਕੰਮ ਆ ਦੇਖੋ ਸਾਡੇ ਲੋਕ ਨੇ ਜਿਹੜੇ ਇਹ ਸੌਖੀਆਂ ਚੀਜ਼ਾਂ ਤੋਂ ਭੱਜਦੇ ਨੇ ਸਿਰਫ ਮਿਹਨਤ ਕਰਨ ਤੋਂ ਡਰਦੇ ਨੇ ਤੁਸੀਂ ਇਹ ਦੇਖੋ ਵੀ ਕਿੰਨਾ ਇਹਦੀ ਇਹਦੇ ਵਿੱਚ ਸ਼ੁੱਧਤਾ ਦੇਖੋ ਤੁਸੀਂ ਕਿੰਨੀ ਆ ਇੰਨੀ ਸ਼ੁੱਧ ਕੋਈ ਚੀਜ਼ ਹੋਏ ਨਹੀਂ ਸਕਦੀ ਹੁਣ ਤੁਸੀਂ ਕਹਿ ਲਓ ਚਾਹੇ ਤੁਸੀਂ ਬਾਜ਼ਾਰੋਂ ਤੁਹਾਨੂੰ ਕੋਈ ਦੁੱਧ ਹੀ ਆ ਜਾਂ ਤੁਹਾਨੂੰ ਪੈਕਟਾਂ ਵਾਲਾ ਤੁਸੀਂ ਚਾਹੇ 80 ਰੁਪਏ 100 ਰੁਪਏ ਕਿਲੋ ਦੁੱਧ ਲੈ ਲਓ ਪਰ ਹਰੇਕ ਬੰਦਾ ਇਹ ਸੋਚਦਾ ਵੀ ਮੈਂ ਪੈਸੇ ਕਮਾਵਾਂ ਉਹ ਤੁਹਾਨੂੰ ਕਦੇ ਵੀ ਜੇ ਸ਼ੁੱਧ ਤੁਹਾਨੂੰ ਦੇ ਦੂਗਾ ਵੀ ਤਾਂ ਵੀ ਤੁਹਾਨੂੰ ਉਹ ਪ੍ਰੀਜ਼ਰਵੇਟਿਵ ਲਾ ਕੇ ਖਰਾਬ ਹੋਣ ਤੋਂ ਦੁੱਧ ਦੇ ਵਿੱਚ ਕਿੰਨੀਆਂ ਤਰ੍ਹਾਂ ਦੀਆਂ ਚੀਜ਼ਾਂ ਮਸਾਲੇ ਪੈਂਦੇ ਨੇ ਪਰ ਉਹ ਫੇਰ ਵੀ ਤੁਹਾਡੀ ਸਿਹਤ ਲਈ ਖਾਨੀਕਾਰ ਹੈ ਕਰਕੇ ਪਰ ਇਹ ਦੇਖੋ ਕਿੰਨਾ ਇੱਕ ਨੇਚਰਲ ਕਿੰਨੀ ਕਮਾਲ ਦੀ ਚੀਜ਼ ਆ ਜਿਹੜੀ ਤੁਹਾਨੂੰ ਤੁਹਾਡੇ ਤੁਸੀਂ ਘਰੇ ਸਿਰਫ 5 ਮਿੰਟ ਵੀ ਲੱਗਦੇ ਨਹੀਂ ਪੂਰੇ ਜਿਹੜੇ ਤੁਸੀਂ ਤਿਆਰ ਕਰ ਸਕਦੇ ਹੋ ਤੁਸੀਂ ਦੇਖੋ ਵੀ ਕਿੰਨਾ ਆਪਣੇ ਬੱਚਿਆਂ ਨੂੰ ਖਾਣ ਵਾਸਤੇ ਪਨੀਰ ਵੀ ਦੇ ਸਕਦੇ ਹੋ ਉਹਦੇ ਵਿੱਚ ਤੁਸੀਂ ਜੀਰਾ ਪਾ ਦੋ ਕਾਲੀ ਮਿਰਚ ਪਾ ਦੋ ਕਾਲਾ ਨਮਕ ਪਾ ਕੇ ਦੇ ਸਕਦੇ ਹੋ ਦੁੱਧ ਦੇ ਵਿੱਚ ਤੁਸੀਂ ਸ਼ੱਕਰ ਪਾ ਕੇ ਉਹਨੂੰ ਸਵੇਰੇ ਗਲਾਸ ਭਰ ਕੇ ਦੇ ਦਿਓ ਤੁਸੀਂ ਦੇਖੋ ਵੀ 30 ਤੋਂ 35 ਗ੍ਰਾਮ ਪ੍ਰੋਟੀਨ ਜਦੋਂ ਤੁਸੀਂ ਬੱਚੇ ਨੂੰ ਸਵੇਰੇ ਦੇ ਦੇਣਾ ਆਪਣੇ ਨੂੰ ਬੱਚੇ ਨੂੰ ਚਾਹੇ ਬਜ਼ੁਰਗ ਨੂੰ ਚਾਹੇ ਜਵਾਨ ਨੂੰ ਤੁਸੀਂ ਦੇਖੋ ਉਹਦਾ ਦਿਨ ਕਿੰਨਾ ਵਧੀਆ ਲੰਘੂਗਾ ਪੂਰਾ ਦਿਨ ਉਹਦਾ એનਰਜੈਟਿਕ ਹੋ ਜਾਊਗਾ એનર્ਜੀ ਨਾਲ ਭਰਿਆ ਜਾਊਗਾ ਜੀ ਅੱਛਾ ਡਾਕਟਰ ਸਾਹਿਬ ਫਿਰ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਇਹ ਤੁਹਾਡੇ ਵਾਲਾ ਜਿਹੜਾ ਤੁਸੀਂ ਨੁਸਖਾ ਫਾਰਮੂਲਾ ਦੱਸਿਆ ਤੁਸੀਂ ਦੁੱਧ ਖਾਸ ਕਰਕੇ ਘਰ ਦੇ ਵਿੱਚ ਬਣਾਉਣ ਵਾਲਾ ਦੱਸਿਆ ਨੁਸਖਾ ਤੇ ਫਿਰ ਇਹਦੇ ਫਾਇਦੇ ਕੀ ਹੋਣ ਆ ਲੈਣੇ ਸਾਡੇ ਬੱਚਿਆਂ ਨੂੰ ਸਾਡੇ ਬਜ਼ੁਰਗਾਂ ਨੂੰ ਸਾਡੇ ਜਵਾਨ ਜਿਹੜੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਕੀ ਫਾਇਦਾ ਹੋਊਗਾ ਜਾਂ ਕੀ ਉਹਨਾਂ ਦੇ ਬਾਡੀ ਦੇ ਵਿੱਚ ਚੇਂਜਸ ਆਉਣਗੇ ਫਾਇਦਾ ਤਾਂ ਸਭ ਤੋਂ ਵੱਡੀ ਤਾਂ ਇਹ ਆ ਵੀ ਉਹਨਾਂ ਚ એનર્ਜੀ ਕਿੰਨੀ ਆਉਣੀ ਹੈ ਉਹਨਾਂ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਕਿੰਨੀ ਕਿ ਜਿਹੜੇ ਸਾਰੇ ਬੱਚੇ ਸਾਰਾ ਦਿਨ ਅੱਜ ਕੱਲ 4-4 5-5 ਸਾਲ ਦੇ ਬੱਚੇ ਸਾਰਾ ਸਾਰਾ ਦਿਨ ਡਿੱਗੂ ਡਿੱਗੂ ਕਰੀ ਜਾਂਦੇ ਨੇ એનર્ਜੀ ਉਹ ਨਹੀਂ ਹੈ ਸਭ ਤੋਂ ਵੱਡੀ ਤਾਂ એનર્ਜੀ ਦੂਜਾ ਨੰਬਰ ਮਸਲ ਵੇਟ ਉਹਨਾਂ ਦਾ ਕਿੰਨਾ ਵਧੀਆ ਹੋਣਾ ਤੀਜਾ ਨੰਬਰ ਹੱਡੀਆਂ ਨੂੰ ਕਮਜ਼ੋਰੀ ਕਿੰਨੀ ਵਧੀਆ ਹੋਣਾ ਚੌਥਾ ਨੰਬਰ ਉਹਨਾਂ ਦੀ ਪੇਟ ਦੀ ਜਿਹੜੀ ਹੈਗੀ ਆ ਸਭ ਤੋਂ ਵੱਧ ਸਫਾਈ ਦਾ ਮਤਲਬ ਫਾਈਬਰ ਜ਼ਿਆਦਾ ਮਿਲਣਾ ਹੈ ਫਾਈਬਰ ਜ਼ਿਆਦਾ ਮਿਲੇਗਾ ਪੇਟ ਦੀ ਸਫਾਈ ਵੀ ਹੋ ਅਕਤਵਰ ਰਹੂਗੀ ਤਾਂ ਇਹ ਤੁਸੀਂ ਕਹਿ ਲਓ ਵੀ ਸਭ ਤੋਂ ਵੱਡੀਆਂ ਬਿਮਾਰੀਆਂ ਤੋਂ ਬਚਾਉਣ ਵਾਲਾ ਸਭ ਤੋਂ ਸੌਖਾ ਤੇ ਘਰੇਲੂ ਸਸਤਾ ਤੇ ਸ਼ੁੱਧ ਚੀਜ਼ ਹੈ ਜੈ ਹੋ ਬਾਤ ਹੈ ਅੱਛਾ ਡਾਕਟਰ ਸਾਹਿਬ ਫਿਰ ਇਹਦਾ ਬੈਸਟ ਯੂਜ਼ ਕਿਵੇਂ ਕੀਤਾ ਜਾ ਸਕਦਾ ਹੈ ਬੱਚੇ ਕਿਵੇਂ ਬੈਸਟ ਯੂਜ਼ ਕਰਨ ਬਜ਼ੁਰਗ ਕਿਵੇਂ ਯੂਜ਼ ਕਰਨ ਇਹ ਜੋੜਾਂ ਦੇ ਦਰਦ ਜਿਨ੍ਹਾਂ ਦੇ ਦੁੱਖਦੇ ਰਹਿੰਦੇ ਨੇ ਸਾਡੇ ਹੱਡ ਗੋਡੇ ਦੁਖਦੇ ਨੇ ਪੰਜਾਬੀ ਵਿੱਚ ਜਿਨ੍ਹਾਂ ਨੂੰ ਅਸੀਂ ਕਹਿ ਲੈਂਦੇ ਆ ਜਾਂ ਜਿਹੜੇ ਮੁੰਡੇ ਕੁੜੀਆਂ ਦਾ ਕੰਮ ਬੈਠਣ ਵਾਲਾ ਕੰਮ ਉਹ ਕਹਿੰਦੇ ਸਾਡਾ ਸਾਰਾ ਦਿਨ ਸਿਰ ਦਰਦ ਕਰੀ ਜਾਂਦਾ ਸੌਣ ਤੋਂ ਬਾਅਦ ਵੀ ਸਿਰ ਦੁਖੀ ਜਾਂਦਾ ਸੁੱਤੇ ਪਿਆਂਦਾ ਉਹਨਾਂ ਤੇ ਕੰਮ ਕਰੂਗਾ ਬਿਲਕੁਲ ਕਰੂਗਾ ਜੀ ਕਿਉਂਕਿ ਦੇਖੋ ਜਿਹੜਾ ਪਨੀਰ ਹੈ ਇਹ ਤਾਂ ਤੁਸੀਂ ਤੁਹਾਨੂੰ ਮੈਂ ਦੱਸਿਆ ਵੀ ਜਾਂ ਤੁਸੀਂ ਕਾਲੀ ਮਿਰਚ ਪਾ ਕੇ ਜਾਂ ਤੁਸੀਂ ਆਪਣਾ ਭੁੰਨਾ ਜੀਰਾ ਪਾ ਕੇ ਉਹ ਲੈ ਸਕਦੇ ਹੋ ਐਦਾਂ ਹੀ ਚੱਬ ਕੇ ਸਵੇਰੇ ਤੁਸੀਂ ਡਿਊਟੀ ਤੇ ਚਲੇ ਜਾਓ ਜਿਹੜਾ ਦੁੱਧ ਹੈ ਉਹ ਤੁਸੀਂ ਸ਼ੱਕਰ ਪਾ ਕੇ ਜਾਂ ਬਿਨਾਂ ਗੱਲ ਬਿਨਾਂ ਹੀ ਫਿੱਕਾ ਪਾ ਕੇ ਪੀ ਪੀ ਲੋ ਜਾਂ ਤੁਸੀਂ ਇਹਦੇ 'ਚ ਵੀ ਤੁਸੀਂ ਇਹਦੇ 'ਚ ਜੀਰਾ ਪਾ ਸਕਦੇ ਹੋ ਗਰਮ ਕਰ ਸਕਦੇ ਜੀ ਨਹੀਂ ਇਹਨੂੰ ਗਰਮ ਨਹੀਂ ਕਰਨਾ ਕਿਉਂਕਿ ਇਹ ਇੱਕ ਨੇਚਰਲ ਹੈ ਇਹਨੂੰ ਕੋਈ ਲੋੜ ਨਹੀਂ ਹੈਗੀ ਆਪਾਂ ਕੱਚੀ ਚੀਜ਼ ਨੂੰ ਪਕਾ ਕੇ ਖਾਵਾਂਗੇ ਉਹਦੇ ਤੱਤ ਘਟ ਜਾਣਗੇ ਠੀਕ ਹੈ ਜੀ ਇਹਨੂੰ ਤੁਸੀਂ ਕੱਚਾ ਪੀਓਗੇ ਤਾਂ ਇਹ 100% ਤੁਹਾਡੀ ਬਾਡੀ ਨੂੰ એનર્ਜੀ ਦੇਊਗਾ ਜੀ ਬਹੁਤ ਅੱਛਾ ਤੇ ਫਿਰ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਮੈਨੂੰ ਲੱਗਦਾ ਕਿ ਜੇਕਰ ਇੰਟਰਵਿਊ ਦਾ ਸਾਡੀ ਗੱਲਬਾਤ ਦਾ ਹਿੱਸਾ ਨਹੀਂ ਬਣੇਗਾ ਤੇ ਇੰਟਰਵਿਊ ਅਧੂਰੀ ਰਹੇਗੀ ਆਮ ਦੁੱਧ ਪੂਰਤੀ ਕਰ ਸਕਦਾ ਹੈ ਜਾਂ ਆਮ ਦੁੱਧ ਦੇ ਮੁਕਾਬਲੇ ਇਹ ਦੁੱਧ ਕਿੰਨਾ ਕੁ ਜ਼ਿਆਦਾ ਫਾਇਦੇਮੰਦ ਹੈ ਦੇਖੋ ਜੀ ਜਿਹੜਾ ਤੁਸੀਂ ਅੱਜ ਕੱਲ ਚਾਹੇ ਤੁਸੀਂ ਘਰ ਦੀ ਮੱਝ ਦਾ ਦੁੱਧ ਪੀ ਲੋ ਤੁਸੀਂ ਵਨ ਕੇ ਉਹਨੂੰ ਕਿਲੇ ਤੇ ਰੱਖਦੇ ਹੋ ਤੁਸੀਂ ਦੇਖੋ ਜਦੋਂ ਇੱਕ ਮੱਝ ਕੀਲੇ ਤੇ ਬੰਨੀ ਹੋਈ ਐ ਤਾਂ ਤੁਸੀਂ ਇਹ ਕਹ ਲਓ ਪਹਿਲਾਂ ਤਾਂ ਉਹਦੀਆਂ 네ਗਟਿਵ ਵਾਈਬਸ ਕਿੰਨੀ ਆ ਗਈਆਂ ਅੰਦਰ ਤੁਸੀਂ ਇਹ ਕਹ ਲਓ ਵੀ ਉਹ ਤੁਰਦੀ ਫਿਰਦੀ ਨਹੀਂ ਮੱਝ ਉਹਦਾ ਦੁੱਧ ਵੈਸੇ ਹੀ ਚਾਹੇ ਤੁਸੀਂ ਜਿੰਨੀ ਮਰਜ਼ੀ ਸ਼ੁੱਧ ਉਹਨੂੰ ਚੰਗੀ ਖਰਾਕ ਪਾ ਲਓ ਉਹਦਾ ਦੁੱਧ ਵੈਸੇ ਹੀ ਪੀਣ ਲਈ ਮੈਂ ਵਧੀਆ ਨਹੀਂ ਮੰਨਦਾ ਇਹ ਇੱਕ ਨੇਚਰਲ ਵੇ ਨਾਲ ਜਿਹੜਾ ਕੁਦਰਤੀ ਖੇਤੀ ਦੇ ਤੌਰ ਨਾਲ ਉਗਾਈ ਗਈ ਚੀਜ਼ ਐ ਮਿੱਟੀ ਦੇ ਵਿੱਚੋਂ ਇਹ ਉਸ ਦੇ ਨਾਲੋਂ ਇਹ ਆਪਾਂ ਕਹਿ ਸਕਦੇ ਆ ਮੈਂ ਕਹਿ ਸਕਦਾ ਵੀ 100 ਗੁਣਾ ਵੱਧ ਚੰਗਾ ਦੀ ਉਹ ਚੀਜ਼ ਜੀ ਜੀ ਤੇ ਇਹਦਾ ਫਿਰ ਹਿਸਾਬ ਕਿਤਾਬ ਕਿਵੇਂ ਬਣੇ ਜੀ ਕਿੰਨਾ ਲੈਣਾ ਇੱਕ ਗਲਾਸ ਅੱਧਾ ਗਲਾਸ ਪੌਣਾ ਗਲਾਸ ਜਾਂ ਦੋ ਗਲਾਸ ਦਿਨ ਚ ਕਿੰਨੇ ਜ਼ਿਆਦਾ ਤੋਂ ਜ਼ਿਆਦਾ ਇਹ ਤਾਂ ਨਾ ਹੋਵੇ ਅਸੀਂ ਵੀਡੀਓ ਸ਼ੂਟ ਕਰ ਲਈ ਤੇ ਦੋ ਦੋ ਤਿੰਨ ਤਿੰਨ ਗਲਾਸ ਲੋਕ ਪੀਜਣ ਨਹੀਂ ਨਹੀਂ ਗਲਾਸ ਦੀ ਗੱਲ ਨਹੀਂ ਜੀ ਇਹਦੇ ਵਿੱਚ ਤੁਸੀਂ 100 ਗ੍ਰਾਮ ਜਿਹੜੀ ਸੋਇਆ ਦਾਲ ਹੈ ਉਹਦਾ ਤੁਸੀਂ ਪਨੀਰ ਕੱਢਣਾ ਜਾਂ ਦੁੱਧ ਕੱਢਣਾ ਉਹਦੇ ਵਿੱਚ ਪਾਣੀ ਜਿਹੇ ਤੁਸੀਂ ਦੋ ਗਲਾਸ ਪਾ ਲਓ ਚਾਰ ਪਾ ਲਓ ਪੰਜ ਪਾ ਲਓ ਚਾਹੇ 2 ਲੀਟਰ ਪਾ ਲਓ ਉਹ ਮੈਨੂੰ ਨਹੀਂ ਕਰਦਾ ਉਹਦੇ ਵਿੱਚੋਂ ਜਿੰਨਾ ਤੁਹਾਡੀ 100 ਗ੍ਰਾਮ ਦੇ ਵਿੱਚੋਂ ਤੁਹਾਨੂੰ ਪ੍ਰੋਟੀਨ ਮਿਲਣਾ ਹੈ ਉਹ ਚਾਰ ਗਲਾਸ ਪਾ ਕੇ ਕੱਢ ਲਓ ਚਾਹੇ ਦੁੱਧ ਚਾਹੇ ਪੰਜ ਗਲਾਸ ਪਾਣੀ ਪਾ ਕੇ ਕੱਢ ਲਓ ਉਹ ਤੁਹਾਨੂੰ ਉਨਾ ਹੀ ਮਿਲਣਾ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ ਜੀ ਸ਼ੁਕਰੀਆ ਧੰਨਵਾਦ ਸੋ ਉਮੀਦ ਕਰਦਾ ਹਾਂ ਇਹ ਵੀਡੀਓ ਨਾ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਇਹ ਨੁਸਖਾ ਫਾਰਮੂਲਾ ਪਤਾ ਤੁਹਾਨੂੰ ਲੱਗਦਾ ਹੈ ਤੁਹਾਨੂੰ ਲੱਗਦਾ ਹੈ ਕਿ ਨਹੀਂ ਸੀ ਔਰ ਉਹ ਗੋਲੀਆਂ ਕੈਪਸੂਲਾਂ ਤੇ ਤਾਕਤ ਵਾਲਿਆਂ ਤੇ ਗਿਜੇ ਹੋਏ ਸੀ ਪ੍ਰੋਟੀਨਾਂ ਤੇ ਗਿਜੇ ਹੋਏ ਸੀ ਕਿ ਜਦੋਂ ਤੱਕ ਅਸੀਂ ਪ੍ਰੋਟੀਨ ਨਹੀਂ ਲੈਂਦੇ ਡਾਈਟ ਪ੍ਰੋਟੀਨ ਨਹੀਂ ਲੈਂਦੇ ਜਾਂ ਸੰਥੈਂਟਿਕ ਜਿਹੜਾ ਇਸ ਵੇਲੇ ਚੱਲ ਰਿਹਾ ਪ੍ਰੋਟੀਨ ਸਾਡੇ ਜਿਹੜੇ ਬੋਡੀ ਬਿਲਡਰ ਭਾਈਚਾਰੇ ਦੇ ਨੌਜਵਾਨ ਮੁੰਡੇ ਕੁੜੀਆਂ ਹੈਗੇ ਨੂੰ ਕਾਫੀ ਪਸੰਦ ਕਰਦੇ ਨੇ ਪਰ ਉਹਨਾਂ ਦਾ ਨੁਕਸਾਨ ਵੀ ਡਾਕਟਰ ਸਾਹਿਬ ਨੇ ਦੱਸਿਆ ਵੀ ਕਿੰਨਾ ਕੁ ਨੁਕਸਾਨ ਹੈਗਾ ਔਰ ਕਿੰਨੀਆਂ ਹੀ ਜਿਹੜੀਆਂ ਹਾਰਟ ਅਟੈਕ ਦੀਆਂ ਖਬਰਾਂ ਅਸੀਂ ਵੱਡੇ ਵੱਡੇ ਬੋਡੀ ਬਿਲਡਰਾਂ ਦੀਆਂ ਅਕਸਰ ਸੁਣਦੇ ਆ ਔਰ ਉਮੀਦ ਕਰਦੇ ਆ ਕਿ ਜਿਹੜਾ ਨੁਸਕਾ ਫਾਰਮੂਲਾ ਯੰਗ ਵੈਦ ਵੈਜ ਗਰੂਪ ਸਿੰਘ ਪੰਗੋਰਾ ਨੇ ਤੁਹਾਡੇ ਨਾਲ ਸ਼ੇਅਰ ਕੀਤਾ ਤੁਸੀਂ ਇਸ ਦਾ ਆਪਣੇ ਘਰ ਦੇ ਵਿੱਚ ਪੂਰਾ ਪੂਰਾ ਫਾਇਦਾ ਲੈ ਕੇ ਗੋਲੀਆਂ ਕੈਪਸੂਲਾਂ ਦਵਾਈਆਂ ਤੋਂ ਤੇ ਜਿਹੜੇ ਆਰਟੀਫੀਸ਼ੀਅਲ ਜਿਹੜੀਆਂ ਪ੍ਰੋਟੀਨ ਹੈਗੇ ਉਹਨਾਂ ਤੋਂ ਤੁਸੀਂ ਆਪਣਾ ਖਿਹੜਾ ਜ਼ਰੂਰ ਛਡਵਾ ਸਕਦੇ ਹੋ ਧੰਨਵਾਦ